ਪੰਜਾਬੀ ਵੀਰੋ, ਕੀ ਹਾਲ ਚਾਲ ਹੈ? ਦਵਿੰਦਰ ਸਿੰਘ ਠੀਕ ਨੇ? ਅੱਲਾ ਦੀ ਫਜ਼ਲ ਕਰਮ ਨਾਲ ਮੈਂ ਬਿਲਕੁਲ ਠੀਕ ਠਾਕ ਹਾਂ। ਤੇ ਅੱਜ ਦਾ ਵਲੌਗ ਬਣਾਉਂਦੇ ਹਾਂ, ਅੱਜ ਦੇ ਵਲੌਗ ਤੁਹਾਨੂੰ ਵਿਖਾਵਾਂਗੇ ਸਾਡੇ ਨਾਲ ਦੇ ਪਿੰਡ ਇੱਕ ਬਹੁਤ ਅਜ਼ੀਮ ਹਸਤੀ ਜਿਨ੍ਹਾਂ ਦਾ ਨਾਮ ਬਾਬਾ ਮੁਹੰਮਦ ਹੁਸੈਨ ਸ਼ਾਹ, ਉਹਨਾਂ ਦੇ ਦਰਬਾਰ ਦੀ ਅੱਜ ਤੁਹਾਨੂੰ ਵੀਡੀਓ ਵਿਖਾਉਂਦੇ ਹਾਂ ਅਤੇ ਨਾਲੇ ਉਹਨਾਂ ਦੀ ਸਾਰੀ ਹਿਸਟਰੀ ਅੱਜ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ ਅਤੇ ਨਾਲੇ ਤੁਹਾਡੇ ਨਾਲ ਗੱਪਸ਼ੱਪ ਵੀ ਕਰਨੇ ਇਨਸ਼ਾਅੱਲਾ। ਅਤੇ ਚਲੋ ਜੀ, ਹੁਣ ਅਸੀਂ ਚੱਲਦੇ ਹਾਂ। ਹਾਂਜੀ ਪੰਜਾਬੀ ਵੀਰੋ, ਅਸੀਂ ਹੁਣ ਟੁਰਨ ਲੱਗੇ ਹਾਂ ਅਤੇ ਆਹ ਸਾਡਾ ਰਸਤਾ ਜ਼ਰਾ ਥੋੜ੍ਹਾ ਜਿਹਾ ਕੱਚਾ ਜਿਹਾ ਅਤੇ ਇੱਧਰ ਨੂੰ ਅਸੀਂ ਆਏ ਹਾਂ ਅਤੇ ਆਹ ਸਾਡੀ ਮੋਟਰਸਾਈਕਲ ਖਲੋਤੀ ਜੇ ਅਤੇ ਹੁਣ ਅਸੀਂ ਚੱਲਦੇ ਹਾਂ ਜੀ ਦਰਬਾਰ ਦੀ ਤਰਫ ਅਤੇ ਇਨਸ਼ਾਅੱਲਾ ਉੱਥੇ ਜਾ ਕੇ ਤੁਹਾਨੂੰ ਅਸੀਂ ਉਹਨਾਂ ਦੀ ਸਾਰੀ ਜਿਹੜੀ ਹਿਸਟਰੀ ਹੈ ਉਹ ਤੁਹਾਡੇ ਨਾਲ। ਆਹ ਸਾਡਾ ਬਾਈਕ ਹੈ ਜੀ ਅਤੇ ਆਹ ਅਸੀਂ ਸਟੈਂਡ ਲਿਆ ਛੋਟਾ ਜਿਹਾ ਅਤੇ ਹੁਣ ਅਸੀਂ ਚੱਲੇ ਹਾਂ। ਚੱਲ ਬਈ ਮੋਟਰਸਾਈਕਲ ਕਰ ਸਟਾਰਟ। ਹਾਂਜੀ ਮੋਟਰਸਾਈਕਲ ਕਰ ਲਿਆ ਸਟਾਰਟ ਅਤੇ ਅਸੀਂ ਹੁਣ ਲੱਗੇ ਹਾਂ ਟੁਰਨ, ਅੱਲਾ ਖੈਰ ਕਰੇ। ਚੱਲ ਬਈ ਜਾਣ ਦੇ, ਰਾਤ ਕੱਚਾ ਪਰ ਕੋਈ ਨਹੀਂ, ਅਸੀਂ ਨਾਲ ਹੀ ਜਾਣਾ। ਥੋੜ੍ਹਾ ਹੀ ਫਾਸਲਾ ਹੈ ਤਕਰੀਬਨ 2-3 ਕਿਲੋਮੀਟਰ ਦਾ ਅਤੇ ਉੱਥੇ ਜਾਂਦੇ ਹਾਂ। ਅਤੇ ਆਹ ਵੇਖੋ ਜੀ ਕਣਕਾਂ ਵੀ ਹੁਣ ਅੱਜ ਕੱਲ੍ਹ ਬਸ ਨੇੜੇ ਹੀ ਨੇ, ਹੋਰ ਕੋਈ 10-15 ਦਿਨ ਲੈਣੇ ਨੇ ਅਤੇ ਪੱਕ ਜਾਣੀਆਂ ਨੇ, ਅੱਲਾ ਖੈਰ ਕਰੇ। ਆਹ ਸਾਰੀਆਂ ਇੱਧਰ ਵੇਖੋ, ਹਰ ਪਾਸੇ ਕਣਕਾਂ ਹੀ ਕੱਟਦਾ ਨੇ। ਹਾਂਜੀ ਆਹ ਹੁਣ ਅਸੀਂ ਮੋੜ ਲਿਆ ਜੇ ਕੱਟ ਲੈ ਉੱਥੇ ਤੱਕ ਚੱਲਦੇ ਹਾਂ। ਉਹ ਵੇਖੋ ਅਜੇ ਵੀ ਇਹ ਕੱਚਾ ਹੀ ਰਾਹ ਹੈ ਉੱਥੇ ਤੱਕ, ਬਾਕੀ ਤਾਂ ਚੜ੍ਹਨੇ ਜਾ ਕੇ ਥੋੜ੍ਹੀ ਦੇਰ ਤੱਕ। ਆ ਜੀ ਅਸੀਂ ਹੁਣ ਪੱਕੀ 'ਤੇ ਗਏ ਹਾਂ ਚੜ੍ਹ, ਕਮਾਦ ਹਜੇ ਵੀ ਲੋਕ ਛਿੱਲੀ ਜਾਂਦੇ ਨੇ, ਕਿਤੇ ਚੜ੍ਹ ਆਏ ਅਸੀਂ ਅਤੇ ਹੁਣ ਦਰਬਾਰ ਦੀ ਤਰਫ ਜਾ ਰਹੇ ਹਾਂ। ਖੈਰ ਕਰੇ ਥੋੜ੍ਹਾ ਜਿਹਾ ਫਿੱਟ ਰਹਿ ਗਿਆ। ਜਾਂਦੇ ਹਾਂ ਹੁਣ ਅਸੀਂ ਅਤੇ ਉੱਥੇ ਜਾ ਕੇ ਤੁਹਾਨੂੰ ਉਹਨਾਂ ਦਾ ਸਾਰਾ ਜਿਹੜੀ ਜ਼ਿਆਰਤ ਹੈ ਸਾਰੀ ਮਾਨੇ ਉਹਨਾਂ ਦੀ ਹਿਸਟਰੀ ਜੋ ਵੀ ਤੁਹਾਨੂੰ ਦੱਸਦੇ। ਹਾਂਜੀ ਜੀ ਆਹ ਸੋਲੰਗ ਮੁੜਦਾ ਹੈ ਤੁਹਾਨੂੰ, ਇਹੀ ਸੜਕ ਸਿੱਧੀ ਜਾਂਦੀ ਜੇ ਦਰਬਾਰ ਸ਼ਰੀਫ ਅਤੇ ਉਹ ਸਾਹਮਣੇ ਅੱਗੇ ਕਰਕੇ ਦਰਬਾਰ ਹੈ ਅਤੇ ਉੱਧਰ ਦੀ ਤਰਫ ਹੀ ਅਸੀਂ ਜਾ ਰਹੇ ਹਾਂ। ਢੋਰ ਯਾਰ ਅਸੀਂ ਪਹੁੰਚੇ ਹਾਂ ਜੀ ਦਰਬਾਰ ਸ਼ਰੀਫ ਦੇ ਕੋਲ ਅਤੇ ਹੁਣ ਤੁਹਾਨੂੰ ਅੰਦਰ ਜਾ ਕੇ ਅਸੀਂ ਸਾਰਾ
ਇੱਥੇ ਦਾ ਜਿਹੜਾ ਵਿਊ ਹੈ ਦਿਖਾਉਂਦੇ ਹਾਂ ਜੀ ਸਾਈਡਾਂ 'ਤੇ, ਆ ਵੇਖੋ ਤੁਸੀਂ ਜੀ ਅਸੀਂ ਦਰਬਾਰ ਸ਼ਰੀਫ ਦੇ ਅੰਦਰ ਚੱਲੇ ਹਾਂ। ਮਾਸ਼ਾ ਅੱਲਾ ਜੀ, ਇਹ ਵੇਖੋ ਜੀ ਸੈਯਦ ਅਮਜਦ ਹੁਸੈਨ ਸ਼ਾਹ ਦੇ ਅਸੀਂ ਦਰਬਾਰ ਸ਼ਰੀਫ ਦੇ ਅੰਦਰ ਪਹੁੰਚ ਆਏ ਹਾਂ ਅਸੀਂ। ਇਹ ਵੇਖੋ ਜੀ ਮਾਸ਼ਾ ਅੱਲਾ ਕਿੰਨਾ ਹੀ ਖੂਬਸੂਰਤ ਮੰਜ਼ਰ ਇੱਥੇ। ਸਾਰਾ ਜੀ ਇਹ ਜੀ ਸਾਡੇ ਨਾਲ ਦਾ ਹੀ ਪਿੰਡ ਨੇ, ਅਤੇ ਨਾਲ ਦੇ ਪਿੰਡ 'ਚ ਹੀ ਹੈ ਇਹਨਾਂ ਦਾ ਦਰਬਾਰ ਸ਼ਰੀਫ, ਅਤੇ ਇੱਥੇ ਸਾਰਾ ਜੀ ਇਹਨਾਂ ਦਾ ਉਸੇ ਪਾਕ ਬਸ ਥੋੜ੍ਹੇ ਹੀ ਇਹ 2 ਕੁ ਮਹੀਨਿਆਂ ਤੱਕ ਲੱਗੇਗਾ। ਵੇਖੋ ਜੀ ਮਾਸ਼ਾ ਅੱਲਾ ਇਹ ਜੀ ਕਾਦਰੀ ਸਿਲਸਿਲਾ ਇਹਨਾਂ ਦਾ। ਇਹ ਜੀ ਹੁਣ ਅਸੀਂ ਆਏ ਹਾਂ ਇੱਥੇ ਨਾਲ ਹੀ ਪੀਰ ਸਾਹਿਬ ਦੇ ਇੱਕ ਬਹੁਤ ਹੀ ਖਾਸ ਮਰੀਦ ਸਨ ਸਾਈਂ ਅਬਦੁਲ ਲਤੀਫ ਮਲੰਗ, ਅਤੇ ਉਹਨਾਂ ਦੀ ਮਜ਼ਾਰ ਹੈ ਜੀ ਛੋਟੀ ਜੀ ਇਹ ਦਰਬਾਰ ਸ਼ਰੀਫ ਦੇ ਬਿਲਕੁਲ ਨਾਲ ਹੀ। ਅਤੇ ਇਹ ਸਾਰਾ ਬਸ ਜੀ ਉਹ ਮਲੰਗ ਸਾਹਿਬ ਨੇ ਜੀ ਸਾਈਂ ਅਬਦੁਲ ਲਤੀਫ ਨੇ ਇੱਕ ਇਹ ਬਹੁਤ ਹੀ ਖਾਸ ਮਰੀਦ ਸਨ ਇਹ ਪੀਰ ਮੁਹੰਮਦ ਹੁਸੈਨ ਸ਼ਾਹ ਦੇ, ਅਤੇ ਬਸ ਉਹਨਾਂ ਦੀ ਇਹਨਾਂ ਨੇ ਬਹੁਤ ਜ਼ਿਆਦਾ ਖਿਦਮਤ ਕੀਤੀ ਜਿਸ ਦਾ ਵਜ੍ਹਾ ਕਰਕੇ ਉਹਨਾਂ ਨੂੰ ਜਦੋਂ ਫੌਤ ਹੋਏ ਤਾਂ ਉਹਨਾਂ ਨੂੰ ਇੱਥੇ ਹੀ ਦਰਬਾਰ ਸ਼ਰੀਫ ਦੇ ਨਾਲ ਹੀ ਜੀ ਉਹਨਾਂ ਨੂੰ ਜਗ੍ਹਾ ਮਿਲ ਗਈ, ਅਤੇ ਇਸ ਟਾਈਮ ਇਹ ਦਰਬਾਰ ਸ਼ਰੀਫ ਦੇ ਨਾਲ ਹੀ ਬਿਲਕੁਲ ਦਰਬਾਰ ਸ਼ਰੀਫ ਹੈ, ਅਤੇ ਉਹਦੇ ਨਾਲ ਹੀ ਬਿਲਕੁਲ ਕਿੱਕਰ ਹੈ, ਅਤੇ ਉੱਥੇ ਉਹਨਾਂ ਦਾ ਇੱਕ ਛੋਟਾ ਜਿਹਾ ਮਜ਼ਾਰ ਹੈ ਜੀ। ਅਤੇ ਇਹ ਈਸਾਈਆਂ ਦੀ ਮੁਹੱਬਤ ਸੀ ਜੀ ਸੈਯਦ ਮੁਹੰਮਦ ਹੁਸੈਨ ਸਾਹਿਬ ਦੀ ਆਪਣੇ ਮਲੰਗ ਨਾਲ, ਅਤੇ ਉਹਨਾਂ ਨੇ ਮਤਲਬ ਕਿ ਜਦੋਂ ਉਹ ਫੌਤ ਹੋਏ ਤਾਂ ਉਹਨਾਂ ਦਾ ਇਹ ਮਜ਼ਾਰ ਵੀ ਇੱਥੇ ਬਣ ਗਿਆ। ਫਿਰ ਪੰਜਾਬੀ ਵੀਰੋ ਕੀ ਹਾਲ ਚਾਲ ਨੇ, ਅਤੇ ਮੈਂ ਜੀ ਦਰਬਾਰ ਸ਼ਰੀਫ ਦਾ ਤੁਹਾਨੂੰ ਮਤਲਬ ਕਿ ਵਿਊ ਕਰਵਾ ਦਿੱਤਾ, ਅਤੇ ਹੁਣ ਤੁਹਾਨੂੰ ਕੋ ਮੁਕਤਸਰ ਜਾਂ ਤੁਹਾਨੂੰ ਤਾਰਫ ਕਰਵਾ ਦਿੰਦੇ ਹਾਂ। ਅਤੇ ਇਹ ਪੀਰ ਸਾਹਿਬ ਜੀ ਬੇਸਿਕਲੀ ਹੈ ਨੇ ਫੈਸਲਾਬਾਦ ਦੇ, ਅਤੇ ਇਸ ਟਾਈਮ ਜਿਹੜੇ ਗੱਦੀ ਨਸ਼ੀਨ ਨੇ ਉਹ ਪੀਰ ਸੈਯਦ ਨਵਾਰ ਸ਼ਾਹ ਸਾਹਿਬ ਨੇ, ਅਤੇ ਇਹ ਉਰਸੇ ਪਾਕ ਜੀ 18 ਜੂਨ ਨੂੰ ਲੱਗਦਾ, 3 ਦਿਨ ਮੇਲਾ ਰਹਿੰਦਾ, ਅਤੇ ਇੱਥੇ ਕਵਾਲੀਆਂ ਵਗੈਰਾ ਵੀ ਬਹੁਤ ਜ਼ਿਆਦਾ ਮਤਲਬ ਮਸ਼ਹੂਰ ਕਵਾਲ ਆਉਂਦੇ ਨੇ। ਉਸ ਤੋਂ ਬਾਅਦ ਕਬੱਡੀ ਵਗੈਰਾ ਵੀ ਹੁੰਦੀ ਹੈ ਪੰਜਾਬ ਲੈਵਲ ਦੀ, ਅਤੇ ਬੜਾ ਮਾਹੌਲ ਹੁੰਦਾ, ਬੜੀਆਂ ਰੌਣਕਾਂ ਹੁੰਦੀਆਂ ਨੇ ਜੀ ਇਸ ਉਰਸੇ ਪਾਕ 'ਤੇ ਪੀਰ ਸੈਯਦ ਮੁਹੰਮਦ ਹੁਸੈਨ ਸ਼ਾਹ ਦੇ ਦਰਬਾਰ 'ਤੇ ਜੀ। ਅਤੇ ਇਨਸ਼ਾਅੱਲਾ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰਨਾ, ਸ਼ੇਅਰ ਕਰਨਾ, ਅਤੇ ਇਨਸ਼ਾਅੱਲਾ ਮਿਲਦੇ ਹਾਂ ਜੀ ਫਿਰ ਇੱਕ ਨਵੇਂ ਵਲੌਗ 'ਚ ਅਤੇ ਨਵੀਂ ਸਵੇਰ 'ਚ ਨਵੀਆਂ ਗੱਲਾਂ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਅੱਛਾ ਜੀ, ਅੱਲਾਹ ਹਾਫਿਜ਼।